ਆਈ ਲਵ ਜਲਜੀਤ ਆ ਲਵ ਯੂ ਆ ਚੱਕ ਆ ਚੱਕ ਚੁੰਮਾ ਪਤਾ ਨਹੀਂ ਵੀਰ ਵਾਰਾ ਕਿ ਜੁਮਾ ਜਹੇ ਤਾਂ ਜੁਮਾ ਲੈ ਲਵਾ ਮਿਰਨਜੀਤ ਕੌਰ ਦਾ ਚੁੰਮਾ ਜਿੱਥੇ ਪਹਿਲਾ ਰਣਜੀਤ ਕੌਰ ਭਾਬੀ ਨੇ ਦਿਲਜੀਤ ਦੁਸਾਂਝ ਦੇ ਨਾਲ ਵੀਡੀਓ ਸਾਂਝੀ ਕੀਤੀ ਸੀ ਉੱਥੇ ਹੀ ਹੁਣ ਦਿਲਜੀਤ ਦੁਸਾਂਝ ਨੇ ਵੀ ਆਪਣੇ ਅਫੀਸ਼ੀਅਲ ਅਕਾਊਂਟ ਤੇ ਭਾਬੀ ਰਣਜੀਤ ਕੌਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ਜਿੱਥੇ ਦੋਨੋਂ ਜਾਣੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਆਓ ਪਹਿਲਾਂ ਤਾਂ ਤੁਹਾਨੂੰ ਲੈ ਚੱਲਦੇ ਹਾਂ ਦਿਲਜੀਤ ਦੁਸਾਂਝ ਦੀ ਉਸ ਵੀਡੀਓ ਵੱਲ ਵਾਰੀ ਵਾਰੀ ਕੱਟਣ ਗਈ ਸੀ ਘੜਕੇ ਲਿਆਂਦਾ ਸਲਾਜੀਤ ਹਾਏ ਮੇਰੇ ਜਲਜੀਤ ਹਾਏ ਮੇਰੇ ਜਲਜੀਤ ਆਈ ਲਵ ਜਲਜੀਤ ਆਈ ਲਵ ਯੂ ਆਜਾ ਆਜਾ ਚੁੰਮਾ ਪਤਾ ਨਹੀਂ ਵੀਰਵਾਰਾ ਕੇ ਜੂਮਾ ਜਾਂ ਹੈ ਤਾਂ ਜੂਮਾ ਲੈ ਲਵਾ ਬੀ ਰਣਜੀਤ ਕੌਰ ਦਾ ਚੁੰਮਾ ਥੈਂਕ ਯੂ ਬਲ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਗਏ ਹੋਵੋਗੇ ਕਿਉਂਕਿ ਹਾਲੀਵੁੱਡ ਤੱਕ ਮਾਤ ਪਾਉਣ ਵਾਲਾ ਦਿਲਜੀਤ ਦਸਾਂਚ ਇੰਸਟਾਗ੍ਰਾਮਰ ਜਿੰਦਾ ਹੰਸ ਅਤੇ ਉਹਨਾਂ ਦੀ ਵਾਈਫ ਦੇ ਨਾਲ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਰੀਲਸ ਪੋਸਟ ਕਰ ਰਿਹਾ ਹੈ ਵਾਲਾ ਜਿੱਥੇ ਕੁਝ ਕੁ ਫੈਨਸ ਦਾ ਕਹਿਣਾ ਹੈ ਕਿ ਦਿਲਜੀਤ ਦੁਸਾਂਝ ਦੀ ਐਡੀ ਕੀ ਮਜਬੂਰੀ ਸੀ ਜੋ ਇਹਨਾਂ ਨਾਲ ਵੀਡੀਓ ਸਾਂਝੀ ਕੀਤੀ ਗਈ ਉਥੇ ਹੀ ਦੂਜੇ ਪਾਸੇ ਦਿਲਜੀਤ ਦੁਸਾਂਝ ਦੇ ਚਾਣ ਵਾਲੇ ਉਹਨਾਂ ਦੀ ਤਾਰੀਫ਼ ਕਰ ਰਹੇ ਨੇ ਕਿਉਂਕਿ ਦਿਲਜੀਤ ਦੁਸਾਂਝ ਇਹਨਾਂ ਦੇ ਪਰਿਵਾਰ ਨੂੰ ਬਹੁਤ ਹੀ ਸਾਦਗੀ ਦੇ ਨਾਲ ਮਿਲਿਆ ਅਤੇ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਵੀਡੀਓ ਬਣਾਈ ਨਹੀਂ ਤਾਂ ਸੈਲੀਬ੍ਰਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਈਗੋ ਹੁੰਦੀ ਹੈ ਅਤੇ ਇਹ ਤਾਂ ਫਿਰ ਦਿਲਜੀਤ ਦੂਸਾਂਝ ਨੇ ਬਾਕੀ ਦੂਜੇ ਪਾਸੇ ਭਾਬੀ ਰਣਜੀਤ ਕੌਰ ਅਤੇ ਉਹਨਾਂ ਦੀ ਪੂਰੀ ਫੈਮਿਲੀ ਬਹੁਤ ਖੁਸ਼ ਨਜ਼ਰ ਆ ਰਹੀ ਹੈ ਅਤੇ ਉਹਨਾਂ ਨੇ ਦਿਲਜੀਤ ਦੂਸਾਂਝ ਦੇ ਨਾਲ ਕਈ ਤਸਵੀਰਾਂ ਕਲਿੱਕ ਕਰਵਾਈਆਂ ਬਾਕੀ ਤੁਹਾਡਾ ਇਸ ਸਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ